ਨਾਲ ਲੱਕੀ ਕਮੇਡੀਅਨ ਤਾਂ ਹਲੀ ਵਾਰੀ ਆ ਜੀ ਪ੍ਰਿੰਸ ਚੌਕ ਤਾਂ ਆਪਣਾ ਮਜੀਦ ਮਾਲਾ ਜੀ ਸਾਡੀ ਫਿਲਮ ਹੁਣੀ ਸ਼ਮਾਰੂ ਕੰਪਨੀ ਵੱਲੋਂ ਰਿਲੀਜ਼ ਹੋਈ ਆ ਜੀ ਤੈਨੂੰ ਨਾ ਕਹੋ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਇੱਕ ਡਿਫਰੈਂਟ ਜਿਹਾ ਕੰਸੈਪਟ ਸੀ ਰੋਮੈਂਟਿਕ ਕਮੇਡੀ ਜਿਹਨੂੰ ਕੋਈ ਫੈਮਿਲੀ ਵਿੱਚ ਬੈਠ ਕੇ ਦੇਖ ਸਕੋ ਇੱਕ ਡਿਫਰੈਂਟ ਕੰਸੈਪਟ ਬਣਾਇਆ ਕਿ ਲੋਕ ਇੱਕ ਮਾਰਧਾੜ ਵਾਲੀ ਫਿਲਮਾਂ ਚੱਲ ਰਹੀਆਂ ਆ ਅਗਰੈਸਿਵ ਫਿਲਮਾਂ ਚੱਲ ਰਹੀਆਂ ਆ ਲੋਕ ਔਰ ਫੈਮਿਲੀ 'ਚ ਬੈਠ ਕੇ ਆਪਾਂ ਪੰਜਾਬੀ ਫਿਲਮਾਂ ਵੀ ਕਈ ਨਹੀਂ ਦੇਖ ਸਕਦੇ ਕਿਉਂਕਿ ਇੰਨੀ ਅਗਰੈਸਿਵ ਹੈ ਬੱਚੇ ਉਸ ਚੀਜ਼ ਨੂੰ ਫੋਲੋ ਕਰਦੇ ਆ ਛੋਟੇ ਬੱਚੇ ਫੋਲੋ ਕਰਦੇ ਆ ਆਪਸ 'ਚ ਲੜਦੇ ਆ ਉਹ ਚੀਜ਼ ਨੂੰ ਹੱਟ ਕੇ ਅਸੀਂ ਇਹ ਸੋਚਿਆ ਕਿ ਨਹੀਂ ਅਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਪੰਜਾਬ ਨੂੰ ਫਿਰ ਦੁਬਾਰਾ ਅਸੀਂ ਉਸ ਪੁਰਾਣੇ ਜਿੱਦਾਂ ਚੱਲਦਾ ਸੀ ਲੀਗ ਚੱਲਦੀ ਸੀ ਉਹ ਕਮੇਡੀ ਚੱਲਦੀ ਸੀ ਫੈਮਿਲੀ 'ਚ ਬੈਠ ਕੇ ਲੋਕ ਦੇਖਦੇ ਸੀ ਅੱਛਾ ਕੰਸੈਪਟ ਹੁੰਦਾ ਸੀ ਮੈਸੇਜ ਹੁੰਦਾ ਸੀ ਅਸੀਂ ਉਸੇ ਤਰ੍ਹਾਂ ਫਿਲਮ ਕੀਤੀ ਆ ਫਿਲਮ ਤੈਨੂੰ ਨਾ ਖਬਰ ਆਰਟਿਸਟ 'ਚ ਗੁਰਚੇ ਚਿੱਤਰਕਾਰ ਆ ਜੀ ਪ੍ਰਭ ਸੰਧੂ ਆ ਉਹ ਆਰ ਈ ਚੰਡੀਗੜ੍ਹ ਤੋਂ ਫਿਲਮ ਵਿੱਚ ਰੋਮੈਂਟਿਕ ਕੰਸੈਪਟ ਰੱਖਿਆ ਸੀ ਔਰ ਰੁਮਾਲ ਦੇ ਨਾਲ ਨਾਲ ਕਮੇਡੀ ਹੈ ਔਰ ਇੱਕ ਮੈਸੇਜ ਵੀ ਦਿੱਤਾ ਗਿਆ ਆ ਕਿ ਅੱਜ ਦਾ ਜੋ ਰੂਥ ਆ ਪਿਆਰ ਕਰੇ ਤਾਂ ਉਹਨੂੰ ਕਿਸ ਤਰ੍ਹਾਂ ਕਰੇ ਬਾਕੀ ਫਿਲਮ ਦੀ ਲੋਕੇਸ਼ਨਸ ਅਸੀਂ ਲੁਧਿਆਣੇ ਵਿੱਚ ਸ਼ੂਟ ਕੀਤੀ ਹੈ ਔਰ ਅਲੱਗ ਅਲੱਗ ਥਾਵਾਂ 'ਤੇ ਕੀਤੀ ਹੈ ਦੋ ਗਾਣੀਆਂ ਫਿਲਮ ਵਿੱਚ ਬਹੁਤ ਪਿਆਰ ਮਿਲਿਆ ਸਾਨੂੰ ਲੋਕਾਂ ਵੱਲੋਂ ਕਿ ਤੁਹਾਡੀ ਫਿਲਮ ਵਧੀਆ ਆ ਕਮੈਂਟਸ ਆ ਰਹੇ ਆ ਕਿ ਫਿਲਮ ਵਧੀਆ ਆ ਫਿਲਮ ਨੈਕਸਟ ਫਿਲਮ ਕਦੋਂ ਆ ਰਹੀ ਹੈ ਅਸੀਂ ਇਸ ਫਿਲਮ ਵਿੱਚ ਗਾਣੇ ਦੋ ਰੱਖੇ ਆ ਔਰ ਟਾਈਟਲ ਟਰੈਕ ਆ ਤੈਨੂੰ ਨਾ ਖਬਰ ਇਹਦਾ ਬਹੁਤ ਅੱਛਾ ਆ ਉਹ ਵੀ ਬਹੁਤ ਲੋਕ ਪਸੰਦ ਕਰ ਰਹੇ ਆ ਬਹੁਤ ਜਲਦ ਅਸੀਂ ਨੈਕਸਟ ਫਿਲਮ ਵੀ ਕਰਨ ਜਾ ਰਹੇ ਹਾਂ ਉਹ ਫਿਲਮ ਇੱਕ ਇਮੋਸ਼ਨਲ ਫਿਲਮ ਹੈਗੀ ਹੈ ਇਹ ਕੋਮੇਡੀ ਸੀ ਔਰ ਦੂਜੀ ਇਮੋਸ਼ਨਲ ਫਿਲਮ ਹੈ ਉਹ ਬਾਪੂ ਦਾ ਕਲਾਕਾਰ ਇਸ ਤੋਂ ਪਹਿਲਾਂ ਸਾਡੀ ਫਿਲਮ ਆਈ ਸੀ ਉਹਦਾ ਨਾਮ ਨਹੀਂ ਲਿਆ ਉਹ ਵੀ ਬਹੁਤ ਲੋਕਾਂ ਨੇ ਪਸੰਦ ਕੀਤੀ ਕੰਸੈਪਟ ਅੱਛਾ ਸੀ ਫਿਰ ਅਸੀਂ ਸੋਚਿਆ ਕਿ ਨਹੀਂ ਹੁਣ ਨੈਕਸਟ ਫਿਲਮ ਕਰਨੀ ਥੀਏਟਰ ਦੀ ਕਰਨੀ ਹੈ ਬਾਪੂ ਦਾ ਕਲਾਕਾਰ ਹੀ ਥੀਏਟਰ ਦੀ ਕੀਤੀ ਹੈ ਜੋ ਫਿਲਮ ਥੀਏਟਰ ਵਿੱਚ ਰਿਲੀਜ਼ ਕਰਾਂਗੇ ਆਪਾਂ ਉਸ ਤੋਂ ਤੀਜੀ ਫਿਲਮ ਫਿਰ ਸਾਡੀ ਔਨ ਦਾ ਸ਼ੂਟ ਹੈ ਜੀ ਉਹ ਮਹਾਂਵੀਰ ਭੁੱਲਰ ਹੈ ਔਰ ਮਹਾਂਵੀਰ ਭੁੱਲਰ ਨਾਲ ਆਪਣੇ ਅੰਮ੍ਰਿਤਪਾਲ ਬਿੱਲਾ ਜੀ ਹੈ ਸਤਵੰਤ ਕੌਰ ਹੈ ਔਰ ਸਿਮਰਨ ਪਾਲ ਹੈ ਕਾਫੀ ਆਰਟਿਸਟ ਹੈ ਜਿਹੜੇ ਸਾਡੀ ਫਿਲਮ ਦੀ ਨੈਕਸਟ ਆ ਰਹੇ ਹਨ ਸਾਡੇ ਫਿਲਮਾਂ ਕਰਨ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਫਿਲਮਾਂ ਰਾਹੀਂ ਇੱਕ ਮੈਸੇਜ ਦਿੱਤਾ ਜਾਵੇ ਸਾਡੀ ਕੋਈ ਵੀ ਫਿਲਮ ਹੈ ਉਹਦੇ ਵਿੱਚ ਤੁਹਾਨੂੰ ਮੈਸੇਜ ਜ਼ਰੂਰ ਮਿਲੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਫਿਲਮ ਬਣਾਉਂਦੇ ਹਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਜੇ ਫਿਲਮ ਅਸੀਂ ਆਪ ਫੈਮਿਲੀ 'ਚ ਨਹੀਂ ਬੈਠ ਕੇ ਦੇਖ ਸਕਦੇ ਲੋਕ ਕਿਵੇਂ ਦੇਖਣਗੇ ਤਾਂ ਅਸੀਂ ਫਿਲਮ ਇਸ ਤਰ੍ਹਾਂ ਹੀ ਬਣਾਉਂਦੇ ਹਾਂ ਕਿ ਅਸੀਂ ਆਪਣੀ ਫੈਮਿਲੀ ਵਾਲਿਆਂ ਨੂੰ ਦਿਖਾਈਏ ਕਿ ਅਸੀਂ ਅੱਜ ਦੇਖੋ ਫਿਲਮ ਬਣਾਈ ਹੈ ਦੇਖੋ ਤੁਸੀਂ ਸਾਰੇ ਮੇਰੇ ਬੱਚੇ ਵੀ ਦੇਖਣ ਤਾਂ ਆਪਣੇ ਭੈਣਾਂ ਭਰਾਵਾਂ ਆਪਣੇ ਬਜ਼ੁਰਗਾਂ ਨਾਲ ਬੈਠ ਕੇ ਫਿਲਮ ਦੇਖੀਏ ਇੰਜੋਏ ਕਰੀਏ ਸਾਡਾ ਫਿਲਮਾਂ ਬਣਾਉਣ ਦਾ ਇਹੀ ਮੋਟਿਵ ਦੂਜਾ ਕਿ ਕੋਈ ਨਾ ਕੋਈ ਮੈਸੇਜ ਅਸੀਂ ਫਿਲਮ ਵਿੱਚ ਜ਼ਰੂਰ ਛੱਡਦੇ ਹਾਂ ਨੈਕਸਟ ਫਿਲਮ ਸਾਡੀ ਫਿਲਮ ਆ ਰਹੀ ਹੈ ਬਾਪੂ ਦਾ ਕਲਾਕਾਰ ਉਹ 'ਚ ਅਸੀਂ ਫਿਲਮ ਵਿੱਚ ਇਹ ਦਿਖਾਇਆ ਕਿ ਇੱਕ ਕਲਾਕਾਰ ਨੂੰ ਰੀਅਲ 'ਚ ਕਲਾਕਾਰ ਨੂੰ ਆਪਣੀ ਲਾਈਫ ਵਿੱਚ ਕਿੰਨਾ ਸਟਰਗਲ ਕਰਨਾ ਪੈਂਦਾ ਹੈ ਅੱਜ ਕੱਲ੍ਹ ਉਸ ਵਿੱਚ ਇਹ ਦਿਖਾਇਆ ਕਿ ਮੈਂ ਛੋਟੇ ਦੱਸੂੰਗਾ ਇੱਕ ਬਾਪ ਦਾ ਬੇਟਾ ਹੁੰਦਾ ਆ ਤਾਂ ਫਾਦਰ ਆਪਣੇ ਬੇਟੇ ਨੂੰ ਕਲਾਕਾਰ ਬਣਾਉਣ ਵਾਸਤੇ ਕੀ ਸੈਕਰੀਫਾਈਸ ਕੀ ਕਰਦਾ ਆ ਕਲਾਕਾਰ ਉਹ 'ਚ ਮਲਕੀਤ ਰੋਣੀ ਆ ਅਰਦਾਸ ਕਰਨ ਵਾਲੇ ਔਰ ਆਪਣੇ ਨਾਲ ਮੇਰੇ ਜਿਹੜੇ ਆਰਟਿਸਟ ਹੈ ਮੇਰੀ ਟੀਮ ਆ ਜੀ ਹਮੇਸ਼ਾ ਮੇਰੇ ਨਾਲ ਹੀ ਇਹਨਾਂ ਨੂੰ ਲੈ ਕੇ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਹੈ ਕਿ ਇਹ ਉਹ ਆਰਟ ਆ ਜਿਹਨਾਂ ਨੂੰ ਕਦੇ ਚਾਂਸ ਨਹੀਂ ਦਿੱਤਾ ਗਿਆ ਕਹਿੰਦੇ ਰਹੀ ਆਰਟਿਸਟ ਆ ਇਹਨਾਂ ਨੂੰ ਚਾਂਸ ਦਿੱਤਾ ਗਿਆ ਜੇ ਆਪਾਂ ਦੇਖੀਏ ਤਾਂ ਫਿਲਮਾਂ ਕਾਫੀ ਬਣਦੀਆਂ ਆ ਉਹ 'ਚ ਅੱਜ ਕੱਲ੍ਹ ਵਿੱਚ ਉਹ ਕਹਿੰਦੇ ਨਹੀਂ ਤੁਸੀਂ ਫੇਮਸ ਨਹੀਂ ਹੈਗੇ ਤੁਹਾਨੂੰ ਨਹੀਂ ਦੇਣਾ ਹਾਂ ਤੁਸੀਂ ਫਿਲਮ 'ਚ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਨਹੀਂ ਦੇਣਾ ਤਾਂ ਮੈਂ ਉਹ ਆਰਟ ਚੱਕਿਆ ਜਿਹੜੇ ਰੀਅਲ 'ਚ ਆਰਟਿਸਟ ਸੀ ਹੁੰਦੇ ਹੈ ਉਹਨਾਂ ਕੋਲ ਐਂ ਨਹੀਂ ਸੀ ਸਿਰਫ ਕਿ ਸਾਨੂੰ ਅਸੀਂ ਸਾਨੂੰ ਕੋਈ ਕਰੇ ਮੈਂ ਲੱਕੀ ਕਮੇਡੀਅਨ ਆਪਣੇ ਬਲਕਿ ਬਹੁਤ ਮਸ਼ਹੂਰ ਬੰਦੇ ਆ ਮੈਂ ਇਹਨਾਂ ਦੀ ਗਾ ਦਿੰਦਾ ਕੰਮ ਵੀ ਕਰਦੇ ਆਪਣੇ ਨਾਲ ਆਪਣਾ ਘਰ ਬਾਰ ਵੀ ਸਾਂਭਦੇ ਆ ਨਾਲ ਇੱਕ ਆਪਣਾ ਆਰਟ ਨੂੰ ਵੀ ਸਾਂਭ ਕੇ ਰੱਖਿਆ ਹੈ ਇਹ ਬਹੁਤ ਅੱਛੇ ਆਰਟਿਸਟ ਹੈ ਇਹਨਾਂ ਨੂੰ ਮੈਨੂੰ ਮੇਰੇ ਆਰਟਿਸਟ ਨੇ ਬੁਲਾਇਆ ਸੀ ਭਾਜੀ ਇੱਦਾਂ ਦਾ ਆਰਟਿਸਟ ਹੈ ਬਹੁਤ ਅੱਛੇ ਆਰਟਿਸਟ ਹਨ ਲੋਕ ਫਿਲਮ 'ਚ ਮੇਰੀ ਐਜ ਲਈ ਤੈਨੂੰ ਮੈਂ ਫਿਰ ਕਵਰ ਸ਼ੂਟ ਹੋ ਰਹੀ ਸੀ ਫਿਲਮ ਮੈਂ ਕਿਹਾ ਉਹਨਾਂ ਨੂੰ ਭੇਜਣਾ ਮੈਨੂੰ ਇਹਨਾਂ ਦੇ
ਫਿਰ ਜੇ ਆ ਲਿੰਕ ਕੁਛ ਵੀ ਯੂਟਿਊਬ ਭੇਜੇ ਮੈਨੂੰ ਲਿੰਕ ਭੇਜੇ ਮੈਨੂੰ ਪਸੰਦ ਆਇਆ ਮੈਂ ਕਹਿੰਦਾ ਇਹਨੂੰ ਬੁਲਾਓ ਹੈ ਨਾ ਕਹਿੰਦੇ ਭਾਈ ਓਡੀਸ਼ਨ ਵਿੱਚ ਮੈਂ ਓਡੀਸ਼ਨ ਲੈਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਬੁਲਾਓ ਅਸੀਂ ਚਾਂਸ ਦੇਵਾਂਗੇ ਫਿਰ ਉਸ ਤੋਂ ਬਾਅਦ ਫਿਲਮ ਦੇ ਚਾਂਸ ਇਹਨਾਂ ਨੇ ਬਹੁਤ ਬਖੂਬੀ ਰੋਲ ਨਿਭਾਇਆ ਮੈਨੂੰ ਫਿਲਮ ਵਿੱਚ ਇਹਦਾ ਟਾਈਟਲ ਅਸੀਂ ਦੇਖੋ ਟਾਈਟਲ ਅਸੀਂ ਸਾਰੇ ਡਿਫਰੈਂਸ ਰੱਖੀ ਦੇ ਕਿ ਨਹੀਂ ਇਹ ਫਿਲਮ ਵਿੱਚ ਤੈਨੂੰ ਨਾ ਖਬਰ ਕਿ ਫਿਲਮ ਚਲੋ ਰਿਲੀਜ਼ ਹੋ ਚੁੱਕੀ 7 ਅਪ੍ਰੈਲ ਨੂੰ ਔਰ ਫਿਲਮ ਵਿੱਚ ਇੱਕ ਲੜਕਾ ਆ ਲੜਕੀ ਨੂੰ ਪਿਆਰ ਕਰਦਾ ਹੁੰਦਾ ਆ ਹੈ ਨਾ ਰੀਅਲ 'ਚ ਕਹਿੰਦੇ ਪਿਆਰ ਕੀ ਹੁੰਦਾ ਆ ਪਿਆਰ ਦਾ ਮਤਲਬ ਕੀ ਹੁੰਦਾ ਕਿਹੜਾ ਬੋਲ ਕੇ ਨਾ ਦੱਸਿਆ ਹੈ ਨਾ ਕਹਿੰਦੇ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਪਿਆਰ ਨੂੰ ਜਿਵੇਂ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਕਿ ਮੈਂ ਤੈਨੂੰ ਪਿਆਰ ਕਰਦਾ ਹੈ ਨਾ ਪਿਆਰ ਤਾਂ ਉਹੀ ਹੈ ਜੋ ਇੱਥੋਂ ਹੁੰਦਾ ਸਮਝ ਲਵੇ ਜਿਹੜਾ ਨਹੀਂ ਸਮਝਦਾ ਪਿਆਰ ਨੂੰ ਤਾਂ ਫਿਲਮ ਵਿੱਚ ਇੱਦਾਂ ਹੀ ਹੈ ਕਿ ਕੁੜੀ ਨੂੰ ਪਿਆਰ ਕਰਦਾ ਉਹਦਾ ਦੱਸਦਾ ਨਹੀਂ ਹੁੰਦਾ ਹੈ ਨਾ ਉਹ ਫਿਲਮ ਦਾ ਨਾਮ ਉੱਥੋਂ ਅਸੀਂ ਸੋਚਦੇ ਜਿਵੇਂ ਕੀ ਰੱਖੀਏ ਉਹ ਗਾਣਾ ਮੈਂ ਫਿਰ ਕੋਈ ਗਾਣਾ ਬਣਾਇਆ ਗਾਣਾ ਅੱਛਾ ਬਣ ਗਿਆ ਤੈਨੂੰ ਨਾ ਖਬਰ ਅਸੀਂ ਗਾਣੇ ਤੋਂ ਨਾਮ ਰੱਖਤਾ ਤੈਨੂੰ ਨਾ ਔਰ ਗਾਣਾ ਵੀ ਅੱਛਾ ਹੈ ਫਿਰ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਜੇ ਬਿਨਾਂ ਖਬਰ ਤੋਂ ਕਿਸੇ ਨੂੰ ਪਿਆਰ ਹੋਵੇ ਜਿਹਨੂੰ ਪਿਆਰ ਹੁੰਦਾ ਆ ਉਹ ਕੀ ਸਹਿੰਦਾ ਜਿਹਨੂੰ ਪਿਆਰ ਦਾ ਪਤਾ ਨਹੀਂ ਉਹ ਨਹੀਂ ਨਹੀਂ ਇੱਕ ਤਰਫਾ ਪਿਆਰ ਇਹਨੂੰ ਇੱਕ ਤਰਫਾ ਪਿਆਰ ਵੀ ਕਹਿ ਸਕਦੇ ਹਾਂ ਪਰ ਕਈ ਵਾਰ ਆਪਾਂ ਕਿਸੇ ਬੰਦੇ ਨੂੰ ਕਿਸੇ ਬੰਦੇ ਦੀ ਆਦਤ ਪੈ ਜਾਂਦੀ ਹੈ ਨਾ ਦੂਜਾ ਬੰਦਾ ਪਿਆਰ ਕਰਦਾ ਹੁੰਦਾ ਆ ਤੀਜੇ ਦੂਜੇ ਬੰਦੇ ਨੂੰ ਆਦਤ ਹੁੰਦੀ ਹੈ ਇਹਦੇ ਵਿੱਚ ਕੁੜੀ ਨੂੰ ਆਦਤ ਆ ਤਾਂ ਮੁੰਡੇ ਨੂੰ ਪਿਆਰ ਹੈ ਨਾ ਤਾਂ ਮੁੰਡਾ ਦੱਸਦਾ ਨਹੀਂ ਮੈਂ ਉਹਨੂੰ ਪਿਆਰ ਕਰਦਾ ਉਸ ਚੀਜ਼ ਦਾ ਅਹਿਸਾਸ ਬੰਦੇ ਨੂੰ ਉਦੋਂ ਹੁੰਦਾ ਜਦੋਂ ਉਹ ਚੀਜ਼ ਸਾਡੇ ਤੋਂ ਦੂਰ ਹੋ ਜਾਂਦੀ ਜਿਹੜੀ ਤੁਹਾਨੂੰ ਆਦਤ ਹੁੰਦੀ ਦੇਖਿਆ ਜਾਵੇ ਤਾਂ ਅਸੀਂ ਪਿਆਰ ਇੱਕ ਉਹ ਨਹੀਂ ਕਹਿੰਦੇ ਪਿਆਰ ਆਪਾਂ ਕੁੜੀ ਨੂੰ ਹੀ ਕਰਦੇ ਜਾਂ ਆਪਾਂ ਦੇਖਿਆ ਜਾਵੇ ਆਪਣੇ ਮਾਂ ਪਿਓ ਨੂੰ ਬਹੁਤ ਪਿਆਰ ਕਰਦੇ ਹਾਂ ਹੈ ਨਾ ਸਾਨੂੰ ਉਹਨਾਂ ਦੀ ਆਦਤ ਹੁੰਦੀ ਹੈ ਕਦੇ ਬਹੁਤ ਘੱਟ ਬੱਚੇ ਹੋਣਗੇ ਆਪਣੇ ਮਾਂ ਪਿਓ ਨੂੰ ਆਈ ਲਵ ਯੂ ਕਹੋਗੇ ਹੈ ਨਾ ਮੈਂ ਉਹਨੂੰ ਪਿਆਰ ਕਰਦਾ ਜਦੋਂ ਬੱਚਾ ਮਾਂ ਤੋਂ ਥੋੜ੍ਹਾ ਦੂਰ ਹੁੰਦਾ ਹੈ ਤਾਂ ਕਹਿੰਦਾ ਮੈਂ ਮੰਮਾ ਤੁਹਾਨੂੰ ਪਿਆਰ ਕਰਦਾ ਹੈ ਨਾ ਇਹ ਪਿਆਰ ਇੱਦਾਂ ਹੁੰਦਾ ਜਿਹੜਾ ਦੂਰ ਰਹਿ ਕੇ ਅਹਿਸਾਸ ਹੁੰਦਾ ਇਹਨਾਂ ਦਾ ਨਾਮ ਹੀ ਤੈਨੂੰ ਨਾ ਸਮਝ ਦਿਲੋਂ ਸਮਝਿਆ ਦਿਲੋਂ ਸਮਝਿਆ ਇਹਦੇ ਵਿੱਚ ਪਿਆਰ ਦਿਖਾਇਆ ਗਿਆ ਪਿਆਰ ਇਨੋਸੈਂਟ ਲਵ ਦਿਖਾਇਆ ਜਾਂਦਾ ਇਨੋਸੈਂਟ ਲਵ ਸਟੋਰੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਕਿ ਸਾਡੀ ਮੂਵੀ ਜਿਹੜੀ ਆਈ ਹੈ ਔਰ ਜਿਹੜੀ ਅੱਗੇ ਆ ਵੀ ਰਹੀ ਹੈ ਉਹਦੇ ਸਭ ਤੋਂ ਵੱਡੀ ਗੱਲ ਹੈਗੀ ਕਿ ਅੱਜ ਕੱਲ੍ਹ ਦੇ ਗਾਣੇ ਤੁਸੀਂ ਦੇਖ ਲਓ ਜਾਂ ਫਿਲਮਾਂ ਦੇਖ ਲਓ ਪਹਿਲਾਂ ਤਾਂ ਲੋਕ ਕਹਿੰਦੇ ਸੀ ਕੁੜੀਆਂ ਘੱਟ ਕੱਪੜੇ ਪਾਉਂਦੀਆਂ ਨੇ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਗਲਤ ਕਲਚਰ ਆ ਰਿਹਾ ਔਰ ਅੱਜ ਦੀ ਡੇਟ 'ਚ ਐਸਾ ਕਿ ਆਪਾਂ ਨੂੰ ਟੀ ਵੀ ਦੇ ਉੱਤੇ ਕੱਪੜਾ ਪਾ ਕੇ ਦੇਖਣਾ ਪੈਂਦਾ ਅਤੇ ਆਪਾਂ ਉਹ ਕੰਮ ਨੂੰ ਬਿਲਕੁਲ ਦੂਰ ਰੱਖਿਆ ਬਿਲਕੁਲ ਫੈਮਲੀ ਮੂਵੀ ਹੈ ਅੱਛੇ ਕਰੈਕਟਰ ਨੇ ਅੱਛੇ ਔਰ ਡੈਲੋਗ ਡਿਲੀਵਰੀ ਵੀ ਅੱਛੀ ਹੈਗੀ ਹੈ ਕੋਈ ਗਲਤ ਵਰਡ ਨਹੀਂ ਯੂਜ਼ ਕੀਤਾ ਗਿਆ ਫਿਲਮ ਵਿੱਚ ਔਰ ਹਾਸਾ ਵੀ ਹੈ ਪੂਰਾ ਹੱਸੋਗੇ ਵੀ ਤੁਸੀਂ ਅਲੱਗ ਅਲੱਗ ਕਰੈਕਟਰ ਨੇ ਮੇਰਾ ਕਰੈਕਟਰ ਤਾਂ ਇੱਕ ਸਰਦਾਰ ਦਾ ਹੈਗਾ ਲੇਕਿਨ ਜਦੋਂ ਬੋਲਦਾ ਫਿਰ ਪਤਾ ਲੱਗਦਾ ਭਈਆ ਹੈਗਾ ਅੱਛਾ ਇਹਨਾਂ ਦਾ ਕਰੈਕਟਰ ਜਿਹੜਾ ਅਸੀਂ ਰੈਕਚਰੀ ਕੀ ਹੁੰਦਾ ਆ ਪੰਜਾਬ 'ਚ ਮੈਂ ਕਿਸੇ ਦੀ ਕਿਸੇ ਵੀ ਬਰਾਦਰੀ ਦੀ ਕੋਈ ਇੰਸਲਟ ਨਹੀਂ ਕਰਦਾ ਸਾਡਾ ਪੰਜਾਬ ਦਾ ਜਿਹੜਾ ਕਲਚਰ ਨਾ ਰਿਚ ਹੈ ਨਾ ਹਰ ਬੰਦਾ ਸਾਡੇ ਕਲਚਰ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਤਾਂ ਜਿਵੇਂ ਪੰਜਾਬ ਤੋਂ ਜਿਵੇਂ ਆਪਣੇ ਪਿਆਰ ਤੋਂ ਬਈਏ ਆਉਂਦੇ ਆ ਯੂਪੀ ਵੱਲ ਉਹ ਆਪਣੇ ਨੂੰ ਪ੍ਰਾਊਡ ਫੀਲ ਕਰਦੇ ਆ ਪੱਗ ਰੱਖ ਕੇ ਹੈ ਨਾ ਹਾਂਜੀ ਪ੍ਰਵਾਸੀ ਜਿਹੜੇ ਹੈਗੇ ਆ ਪ੍ਰਵਾਸੀ ਉਹਨੂੰ ਹੁੰਦਾ ਕਿ ਆਪਾਂ ਪੱਗ ਰੱਖੀਏ ਤਾਂ ਪੰਜਾਬੀ ਤਰ੍ਹਾਂ ਦੇ ਇੱਕ ਪੰਜਾਬੀ ਦਾ ਕਲਚਰ ਅਪਣਾਉਣ ਹਰ ਬੰਦਾ ਪ੍ਰਾਊਡ ਫੀਲ ਕਰਦਾ ਕਿ ਮੈਂ ਪੰਜਾਬੀ ਹਾਂ ਹੈ ਨਾ ਜੇ ਕੋਈ ਬੋਂਬੇ ਤੋਂ ਬੰਦੇ ਹਨ ਜਾਂ ਕਿਸੇ ਵੀ ਸਟੇਟ ਤੋਂ ਆ ਗੁਜਰਾਤ ਤੋਂ ਵੀ ਗੁਜਰਾਤ ਤੋਂ ਵੀ ਆਉਣ ਉਹ ਵੀ ਕਹਿੰਦੇ ਪੰਜਾਬ ਦਾ ਕਲਚਰ ਉਹਨਾਂ ਰਿਚ ਹੈ ਨਾ ਪੰਜਾਬੀਆਂ ਦੇ ਇੱਕ ਵੱਖਰੀ ਪਛਾਣ ਆ ਪੰਜਾਬੀ ਦੇ ਵੱਖਰੀ ਟੋਰ ਆ ਠੀਕ ਹੈ ਨਾ ਜਦੋਂ ਪੱਗ ਰੱਖਦੇ ਆ ਪੰਜਾਬੀ ਦਾ ਵਾਸ ਕਰਕੇ ਉਹਨਾਂ ਦੀ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਸਾਡਾ ਰੋਹਬ ਆ ਹੈ ਨਾ ਉਹ ਉਹਨਾਂ ਦੀ ਰਿਸਪੈਕਟ ਇੱਕ ਅਲੱਗ ਡਿਫਰੈਂਟ ਤਰੀਕੇ ਨਾਲ ਹੁੰਦੀ ਹੈ ਤਾਂ ਹਰ ਬੰਦਾ ਕਹਿੰਦਾ ਕਿ ਮੈਂ ਪੱਗ ਰੱਖਾਂ ਹੈ ਨਾ ਕਈ ਐਸੇ ਲੋਕ ਵੀ ਆ ਜਿਹੜੇ ਸ਼ੌਕੀਆ ਤੌਰ 'ਤੇ ਪੱਗ ਰੱਖਦੇ ਤਾਂ ਇਹਦੇ ਵਿੱਚ ਇੱਕ ਪ੍ਰਵਾਸੀ ਦਾ ਰੋਲ ਕੀਤਾ ਇਹਨਾਂ ਨੇ ਜਿਹੜਾ ਬਿਹਾਰ ਤੋਂ ਆਇਆ ਹੈ ਔਰ ਜਿਹਦੇ ਘਰ ਰਹਿੰਦਾ ਆ ਉਹ ਹੈ ਬਿਹਾਰ ਉਹਦੀ ਭਾਸ਼ਾ ਬਿਹਾਰੀ ਹੈ ਪਰ ਉਹਦੀ ਲੁੱਕ ਪੰਜਾਬੀ ਹੈ ਨਾ ਉਹਨਾਂ ਨੇ ਇਹ ਕਰੈਕਟਰ ਕੀਤਾ ਆ ਔਰ ਬਹੁਤ ਅੱਛਾ ਬਖੂਬੀ ਨਿਭਾਇਆ ਇਹਨਾਂ ਨੇ ਬਾਕੀ ਬਹੁਤ ਅੱਛੀ ਇਹਨਾਂ ਨੇ ਆਪਣੀ ਇਨਪੁਟ ਦਿੱਤੀ ਹੈ ਫਿਲਮ ਦੇ ਵਿੱਚ ਹਰ ਕਰੈਕਟਰ ਨੇ ਆਪਣੀ ਇਨਪੁਟ ਦਿੱਤੀ ਹੈ ਆਪਣੇ ਵਾਲੀਆ ਸਾਹਿਬ ਹੈ ਇਹਨਾਂ ਨੇ ਅਮਰੀਕਾ ਰੋਲ ਕੀਤਾ ਆ ਇਹਨਾਂ ਨੇ ਬੜੀ ਇਹਨਾਂ ਆਪਣੇ ਫਰੈਂਡ ਆ ਗੁਰਚੇਤ ਚਿੱਤਰਕਾਰ ਦੇ ਗੁਰਚੇਤ ਚਿੱਤਰਕਾਰ ਦਾ ਤਾਂ ਮੈਂ ਵੀ ਫਰੈਂਡ ਹਾਂ ਪਰ ਇਹ ਮੇਨ ਅੰਬਲੀ ਦੋਨਾਂ
ਆਪਣੀ ਇਹਨਾਂ ਦੀ ਇੱਕ ਆਪਣੀ ਕੋਲੈਬੋਰੇਸ਼ਨ ਹੈਗੀ ਦੋਨਾਂ ਨਾਲ। ਵੈਸੇ ਮੇਰੀ ਮਿਹਰਬਾਨੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਇਹਨਾਂ ਨੇ ਮੈਨੂੰ ਫਿਲਮ ਦੇ ਵਿੱਚ ਨਾਲ ਦਿੱਤਾ। ਇਸ ਤੋਂ ਪਹਿਲਾਂ ਸਾਡੀ ਫਿਲਮ ਆਈ ਸੀ ਉਹਦਾ ਨਾਮ ਨਹੀਂ ਲਿਆ, ਉਹਨੇ ਨਾਮ ਵੀ ਲਿਆ। ਫਿਲਮ ਦੇ ਵਿੱਚ ਵੀ ਬਹੁਤ ਵਧੀਆ ਇਹਨਾਂ ਨੇ ਮੈਨੂੰ ਰੋਲ ਦਿੱਤਾ ਵਾ, ਅਤੇ ਇਹ ਭਾਈ ਦਾ ਮੈਂ ਦਿਲੋਂ ਦੀ ਧੰਨਵਾਦ ਕਰਦਾ ਕਿਉਂਕਿ ਮੈਂ ਇੱਥੇ ਇਸ ਲਾਈਨ ਦੇ ਵਿੱਚ ਮੈਂ ਇੰਟਰਵਿਊ ਦੇਣਾ ਸਾਰਾ ਇਹਨਾਂ ਦੀ ਬਦੌਲਤ ਆ, ਕਿਉਂਕਿ ਮੈਂ ਤਾਂ ਰੀਲ ਦੇ ਉੱਤੇ ਵੀਡੀਓ ਬਣਾਉਂਦਾ ਸੀ, ਮੈਨੂੰ ਤਾਂ ਪਤਾ ਨਹੀਂ ਸੀਗਾ ਕਿ ਮੈਂ ਇੱਥੇ ਤੱਕ ਪਹੁੰਚੂੰਗਾ ਵੀ। ਅਤੇ ਭਾਈ ਨੇ ਮੈਨੂੰ ਬਹੁਤ ਵਧੀਆ ਰੋਲ ਦਾ ਚਾਂਸ ਦਿੱਤਾ, ਅੱਗੇ ਤੱਕ ਲੈ ਕੇ ਆਇਆ, ਮੇਰੇ ਵੀ ਭਰਾ ਵਾਲੀ ਤਰ੍ਹਾਂ ਮੇਰਾ ਰਹਿੰਦੇ ਆ। ਅਤੇ ਆਪਾਂ ਤਾਂ ਸਿਰਫ ਐਕਟਿੰਗ ਕਰਕੇ ਚੱਲ ਜਾਂਦੇ ਹਾਂ, ਜਿਹੜਾ ਮੇਨ ਕੰਮ ਹੁੰਦਾ ਇਹ ਭਾਈ ਨੇ ਕਰਨਾ ਹੁੰਦਾ ਵਾ, ਮਿਊਜ਼ਿਕ ਕਰ ਲਿਆ, ਐਡਿਟ ਕਰ ਲਿਆ, ਅਤੇ ਉਸ ਤੋਂ ਬਾਅਦ ਤੁਹਾਨੂੰ ਬੁਲਾ ਕੇ ਡਬਿੰਗ ਕਰਾਉਣੀ। ਇਹ ਬਹੁਤ ਔਖਾ ਕੰਮ ਹੁੰਦਾ ਵਾ ਕਿ ਇੱਕ ਸਿੰਗਲ ਪਰਸਨ ਇੰਨਾ ਵਧੀਆ, ਮਤਲਬ ਕਿ ਇੰਨਾ ਇਹਦੇ 'ਚ ਇੰਨਾ ਟੈਲੈਂਟ ਭਰਿਆ ਹੋਇਆ ਵਾ ਕਿ ਸਿੰਗਲ ਪਰਸਨ ਵੀ ਆ, ਅਤੇ ਮਤਲਬ ਕਿ ਇਹਨਾਂ 'ਚ ਕੋਈ ਹੰਕਾਰ ਨਹੀਂ ਹੈਗਾ ਕਿ ਮੈਂ ਡਾਇਰੈਕਟਰ ਹਾਂ ਜਾਂ ਮੈਂ ਵੱਡਾ ਲੈਵਲ ਆ, ਮਤਲਬ ਕਿ ਭਰਾ ਦੀ ਤਾਂ ਨਹੀਂ ਸਾਡੇ ਨਾਲ ਟ੍ਰੀਟ ਕਰਦੇ ਆ, ਅਤੇ ਮੈਨੂੰ ਇਹਨਾਂ ਦਾ ਬਹੁਤ ਫਖਰ ਹੁੰਦਾ ਜੀ। ਹੈ ਸਾਰੇ ਮੇਰੇ ਭਰਾ ਆ ਜਿਹੜੇ ਵੇਲੇ ਮੇਰੇ ਜਿਹੜੇ ਵੇਲੇ ਮੇਰੀ ਟੀਮ ਨਾਲ ਕੰਮ ਕਰਦੇ ਪਹਿਲਾਂ ਜੀ, ਹੈ ਮੇਰਾ ਕਿਹਾ ਹੀ ਹੁੰਦਾ ਕਿ ਹਰ ਬੰਦੇ ਨੂੰ ਰਿਸਪੈਕਟ ਦਿਓ, ਕਹਿੰਦੇ ਹਰ ਬੰਦਾ ਰਿਸਪੈਕਟ ਪਹਿਲਾਂ ਭਾਲਦਾ, ਕਹਿੰਦੇ ਬਾਕੀ ਦੂਜੀ ਜੇ ਸੈਕੰਡਰੀ ਆਉਂਦੀਆਂ ਆ। ਇਹਨਾਂ ਨੇ ਮੇਰਾ ਸਾਥ ਦਿੱਤਾ ਆ ਜਦੋਂ ਮੈਂ ਮੇਰੀ ਤਾਰੀਫ ਕਰਦੇ, ਇਹਨਾਂ ਤੋਂ ਬਗੈਰ ਮੈਂ ਵੀ ਕੁਛ, ਠੀਕ ਹੈ। ਇਹਨਾਂ ਨੂੰ ਮੈਂ ਪੁੱਛਣਾ ਕਹਾਂ ਬਲਜੀਤ ਮਾਲਾ ਜਾਂ ਤੁਹਾਡੀ ਲੋਕੇਸ਼ਨ ਦਾ ਸੈੱਟ ਕਰਦਾ ਆ, ਹੈ ਨਾ। ਇਹਨਾਂ ਨੂੰ ਇੱਕ ਵਾਰੀ ਕਹਿਣਾ ਹੁੰਦਾ ਫੋਨ 'ਤੇ ਪਰ ਵੀ ਤੂੰ ਲੋਕੇਸ਼ਨ ਲੱਭਣੀ ਹੈ, ਤਾਂ ਇਹਨਾਂ ਨੂੰ ਕੋਈ ਕੰਮ ਕਰਨਾ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਹੀ ਭਾਜੀ ਇੱਦਾਂ ਨਹੀਂ ਕਰਨਾ। ਮੈਂ ਸਿਰਫ ਮੇਰੀ ਪਲੈਨਿੰਗ ਹੁੰਦੀ ਸ਼ੂਟ ਦੀ, ਸਟੋਰੀ ਦੀ, ਸਭ ਕੁਝ ਕੰਸੈਪਟ ਦੀ, ਹਰ ਬੰਦਾ ਆਪਣਾ ਇਨਪੁੱਟ ਦੇ ਗਿਆ। ਔਰ ਮੈਨੂੰ ਇਹ ਹੈ ਕਿ ਚਲੋ ਮੈਂ ਹਰ ਇੱਕ ਆਰਟਿਸਟ ਨੂੰ ਅੱਗੇ ਲੈ ਕੇ ਆਵਾਂ। ਮੈਂ ਕਾਫੀ ਸਿੰਗਰਸ ਦੇ ਗਾਣੇ ਫ੍ਰੀ ਵੀ ਕੀਤੇ ਆ, ਇਹ ਫਿਲਮ ਵਿੱਚ ਗਾਣੇ ਕੀਤੇ ਆ ਉਹ ਸਿੰਗਰਾਂ ਦੇ ਕੀਤੇ ਆ ਜਿਨ੍ਹਾਂ ਨੂੰ ਕਦੇ ਚਾਂਸ ਨਹੀਂ ਮਿਲਿਆ। ਉਹ ਉਹਨਾਂ ਨੇ ਮੈਨੂੰ ਮੈਸੇਜ ਆਇਆ ਕਿ ਸਰ ਸਾਨੂੰ ਗਾਣ ਦਾ ਮੌਕਾ ਦਿਓ, ਫਿਰ ਅਸੀਂ ਕਰਨ ਨੂੰ। ਮੈਂ ਨੋਨ ਆਰਟਿਸਟ ਵੀ ਦੱਸਦਾ, ਮੈਂ ਐਜ ਏ ਮਿਊਜ਼ਿਕ ਡਾਇਰੈਕਟਰ ਨੋਨ ਆਰਟਿਸਟਾਂ ਦੇ ਸਿੰਗਰ ਦੇ ਗਾਣੇ ਕੀਤੇ ਆ। ਸਲੀਮ ਦਾ ਗਾਣਾ ਕੀਤਾ ਆ, ਲੱਕੀ ਦਾ ਗਾਣਾ ਕੀਤਾ ਆ, ਭੱਜੀ ਦਾ ਕੀਤਾ ਆ, ਕਾਫੀ ਗਲਵੀਰ ਬੋਪਾਰਾ ਦਾ ਗਾਣਾ ਕੀਤਾ ਆ। ਐਜ ਏ ਮੈਂ ਡਾਇਰੈਕਟਰ ਕੰਮ ਕੀਤੇ ਆ, ਠੀਕ ਹੈ ਜੀ ਮੇਰਾ ਵਰਕ। ਪਰ ਜਦੋਂ ਐਜ ਏ ਪ੍ਰੋਫੈਸ਼ਨਲ ਵਰਕ ਮੈਂ ਤੋਂ ਪਾਸੇ ਹਟਦਾ ਹਾਂ, ਤਾਂ ਮੈਨੂੰ ਇਹ ਕਹਿੰਦੇ ਮੈਂ ਇੱਕ ਐਜ਼ ਏ ਆਰਟਿਸਟ ਸੋਚਦਾ ਕਿ ਮੈਨੂੰ ਲੱਗਦਾ ਕਿ ਨਹੀਂ, ਹਰ ਆਰਟਿਸਟ ਸਟਰਗਲ ਕਰ ਰਿਹਾ, ਹਰ ਉਸ ਆਰਟਿਸਟ ਨੂੰ ਅੱਗੇ ਅੱਗੇ ਆਉਣਾ ਚਾਹੀਦਾ ਜਿਹੜੇ ਆਰਟਿਸਟ ਉੱਥੇ ਸੋਰਸ ਹੀ ਹੈ। ਔਰ ਮੈਂ ਬਕਾਇਦਾ ਪੋਸਟ ਪਾਈ ਹੋਈ ਆ ਆਪਣੇ, ਮੈਂ ਅੱਜ ਇਹ ਗੱਲ ਫਿਰ ਦੁਬਾਰਾ ਕਹੂੰਗਾ, ਮੈਂ ਬਕਾਇਦਾ ਇਹ ਚੀਜ਼ ਦੀ ਪੋਸਟ ਪਾਈ ਹੈ, ਜਿਹੜੇ ਆਰਟਿਸਟ ਨੂੰ ਚਾਂਸ ਨਹੀਂ ਮਿਲਦਾ, ਜਿਹੜੇ ਆਰਟਿਸਟ ਕੋਲ ਇੱਕ ਰੁਪਿਆ ਵੀ ਨਹੀਂ ਹੈਗਾ, ਮੈਂ ਉਸ ਆਰਟਿਸਟ ਦਾ ਗਾਣਾ ਫ੍ਰੀ ਕਰ ਰਿਹਾ, ਫ੍ਰੀ ਆਫ ਕੋਸਟ ਆਡੀਓ, ਫ੍ਰੀ ਆਫ ਕੋਸਟ ਵੀਡੀਓ ਮੈਂ ਕਰ ਰਿਹਾ। ਉਹਨਾਂ ਨੂੰ ਜਦੋਂ ਮੈਂ ਸਟੋਰੀ ਸੁਣਾਈ ਨਾ, ਮੈਂ ਗੁਰਚੇਤ ਚਿੱਤਰਕਾਰੀ ਨੂੰ ਪਹਿਲਾਂ ਸਟੋਰੀ ਸੁਣਾਈ ਕਿ ਇੱਦਾਂ।